ਜ਼ਿੰਦਗੀ ਪੈਰ ਪੈਰ ਤੇ ਇਮਤਿਹਾਨ ਲੈਂਦੀ ਹੈ ਤੇ ਸਿਕੰਦਰ ਉਹੀ ਹੁੰਦਾ ਆ ਜੋ ਇਹਨਾਂ ਇਮਤਿਹਾਨਾਂ ਵਿੱਚੋਂ ਪਾਸ ਹੋ ਜਾਂਦਾ ਹੈ ਪਰ ਬੇਸ਼ੱਕ ਲੋੜ ਹੁੰਦੀ ਹੈ ਸਾਨੂੰ ਹੌਸਲਾ ਬਰਕਰਾਰ ਰੱਖਣ ਦੀ ਕਿਉਂਕਿ ਉਹ ਹੌਸਲਾ ਹੀ ਸਾਡੀ ਇੱਕ ਅਜਿਹੀ ਤਾਕਤ ਹੈ ਜੋ ਸਾਨੂੰ ਜ਼ਿੰਦਗੀ ਦੇ ਹਰ ਪੜਾਅ ਦੇ ਉੱਤੋਂ ਪਾਰ ਕਰ ਦਿੰਦਾ ਆ ਅੱਜ ਤੁਹਾਨੂੰ ਅਜਿਹੀ ਦੋ ਭਰਾਵਾਂ ਦੇ ਨਾਲ ਮਿਲਾਵਾਂਗਾ ਜਿਨ੍ਹਾਂ ਨੇ ਹੌਸਲੇ ਦੇ ਨਾਲ ਜ਼ਿੰਦਗੀ ਨੂੰ ਅੱਗੇ ਲਾ ਕੇ ਰੱਖਿਆ ਹੋਇਆ ਚਾਹੇ ਜਿੰਨੇ ਵੀ ਕੋਈ ਮੁਸੀਬਤ ਉਹਨਾਂ ਤੇ ਆ ਗਈ ਹੋਵੇ ਲੇਕਿਨ ਇਹਨਾਂ ਸਿੱਖ ਨੌਜਵਾਨਾਂ ਨੇ ਕਦੇ ਵੀ ਹੌਸਲਾ ਨਹੀਂ ਹਾਰਿਆ ਤੇ ਜੋ ਗੁਰੂਆਂ ਦੀ ਸਿੱਖਿਆ ਆ ਉਹ ਸਿੱਖਿਆ ਨੂੰ ਲੈਂਦੇ ਹੋਏ ਅੱਗੇ ਚੱਲ ਰਹੇ ਨੇ ਮੇਰੇ ਨਾਲ ਨੇ ਲੋਟੇ ਬ੍ਰਦਰਜ਼ ਤਲਵਿੰਦਰ ਜੀ ਤੇ ਜਸਵਿੰਦਰ ਜੀ ਸੋ ਸਭ ਤੋਂ ਪਹਿਲਾਂ ਜਾਣਕਾਰੀ ਲਵਾਂ ਕਿ ਕਿਸ ਤਰੀਕੇ ਨਾਲ ਜੋ ਜ਼ਿੰਦਗੀ ਬਦਲੀ ਹੈ ਕਦੇ ਇਹਨਾਂ ਦਾ ਕਹਿਣਾ ਸੀ ਗੱਡੀਆਂ 'ਚ ਘੁੰਮਦੇ ਸੀ ਵੱਡੀਆਂ-ਵੱਡੀਆਂ ਦੇ ਵਿੱਚ ਅੱਜ ਜਿਹੜਾ ਕਿ ਇੱਕ ਬਾਜ਼ਾਰ ਦੇ ਵਿੱਚ ਸਤਨਾ ਸਟਾਲ ਆ ਕੇ ਖੜੇ ਨੇ ਤਲਵਿੰਦਰ ਜੀ ਵੈਸੇ ਤਾਂ ਕੰਮ ਹਰ ਇੱਕ ਆਪਣੇ ਆਪ ਚ ਇੱਕ ਵੱਖਰਾ ਮਕਾਮ ਹੁੰਦਾ ਆ ਲੇਕਿਨ ਕਹਿੰਦੇ ਨੇ ਵੀ ਕਿਸਮਤ ਕਦੇ ਨਾ ਕਦੇ ਪਲਟੀ ਖਾਂਦੀ ਜ਼ਰੂਰ ਹੈ ਸੋ ਇਹ ਪਲਟੀ ਕਿਵੇਂ ਖਾਦੀ ਦੇਖੋ ਜੀ ਕਿਸਮਤ ਪਲਟੀ ਜ਼ਰੂਰ ਖਾਂਦੀ ਹੈ ਤੇ ਅਸੀਂ ਉਹਨੂੰ ਪਰਸਨਲੀ ਐਕਸਪੀਰੀਅੰਸ ਵੀ ਕਰ ਰਹੇ ਆ ਪਲਟੀ ਬੇਸਿਕਲੀ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਹੁੰਦਾ ਇਨਸਾਨ ਦੇ ਹੱਥ ਵਿੱਚ ਹੁੰਦਾ ਕਿ ਮਿਹਨਤ ਕਰਨੀ ਹੈ ਤੇ ਮਿਹਨਤ ਦਾ ਜਿਹੜਾ ਫਲ ਆ ਉਹਨੂੰ ਰੱਬ ਹੀ ਦਿੰਦਾ ਆ ਬਟ ਕਈ ਟਾਈਮ ਤੇ ਕੁਝ ਸਰਕਮਸਟਾਂਸਿਸ ਤੇ ਕੁਝ ਸਮਾਂ ਐਸਾ ਵੀ ਆਂਦਾ ਹੈ ਕਿ ਜਿਹਦੇ ਵਿੱਚ ਬੰਦਾ ਡੋਲ ਜਾਂਦਾ ਜੋ ਡੋਲ ਜਾਂਦਾ ਤੇ ਉਹ ਖਤਮ ਹੋ ਜਾਂਦਾ ਪਰ ਮੈਂ ਇਹੀ ਕਵਾਂਗਾ ਕਿ ਜੀ ਅਸੀਂ ਡੋਲੇ ਨਹੀਂ ਅਸੀਂ ਸੰਭਲੇ ਆਪਨੇ ਆਪ ਨੂੰ ਮਿਹਨਤ ਕੀਤੀ ਸੀ ਮਿਹਨਤ ਕਰ ਰਹੇ ਆ ਅਸੀਂ ਕੋਈ ਜੱਦੀ ਪੁਸ਼ਤੀ ਜਾਇਦਾਦ ਵਾਲੇ ਜਾਂ ਕੋਈ ਬਹੁਤ ਅਮੀਰ ਘਰਾਨੇ ਤੋਂ ਨਹੀਂ ਅਸੀਂ ਬਿਲੋਂਗ ਕਰਦੇ ਆ ਅਸੀਂ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰ ਰਹੇ ਆ ਜੀ ਤੇ ਸਾਡੇ ਫਾਦਰ ਸਾਹਿਬ ਜਿਨ੍ਹਾਂ ਨੇ ਬਚਪਨ ਤੋਂ ਹੀ ਮੇਰੇ ਫਾਦਰ ਸਾਹਿਬ 13 ਸਾਲ ਦੀ ਉਮਰ ਦੇ ਹੀਗੇ ਜਦੋਂ ਉਹ ਆਪਣਾ ਕੰਮ ਕਰਨਾ ਸ਼ੁਰੂ ਕਰ ਚੁੱਕੇ ਸੀ ਬੇਸਿਕਲੀ ਜਿਹੜੇ ਮੇਰੇ ਗ੍ਰੈਂਡਫਾਦਰ ਆ ਉਹ ਜਦੋਂ 1947 ਵਲੇ ਵੰਡ ਦੇ ਸਮੇਂ ਕਸੂਰ ਦੇ ਰਹਿਣ ਵਾਲੇ ਸੀਗੇ ਉਹ ਉੱਥੋਂ ਦੀ ਜਦੋਂ ਮਾਈਗ੍ਰੇਟ ਹੋਏ ਇੰਡੀਆ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਚ ਆ ਕੇ ਇਵਨ ਕਿ ਉਹਨਾਂ ਨੂੰ ਤੇ ਕੋਈ ਘਰ ਵੀ ਅਲੋਟ ਨਹੀਂ ਸੀ ਹੋਇਆ ਹਾਂਜੀ ਜਦੋਂ ਉਧਰੋਂ ਆਏ ਸੀਗੇ ਤੇ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਸੀਗੇ ਕਿ ਵੀ ਅਸੀਂ ਉਹ ਹਾਲਾਤਾਂ ਤੋਂ ਨਿਕਲੇ ਆ ਕਿ ਅਸੀਂ ਸੁੱਕੇ ਲੂਣ ਤੇ ਲਾਲ ਮਿਰਚ ਦੇ ਨਾਲ ਰੋਟੀ ਵੀ ਖਾਦੀ ਐ ਤੇ ਅਸੀਂ ਉਸ ਟਾਈਮ ਨੂੰ ਯਾਦ ਕਰਦੇ ਹੋਏ ਇਹ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਹੈ ਕਿ ਅਸੀਂ ਕਰੋਨਾ ਦਾ ਬਿਜ਼ਨਸ ਕਰਦੇ ਹੋਏ ਉਸ ਤੋਂ ਬਾਅਦ ਇੱਥੇ ਆਣ ਕੇ ਸ਼ਰਮ ਨਹੀਂ ਮਹਿਸੂਸ ਕਰਦੇ ਅਸੀਂ ਮਾਣ ਮਹਿਸੂਸ ਕਰਦੇ ਕਿ ਅਸੀਂ ਮਿਹਨਤੀ ਪਰਿਵਾਰ ਤੋਂ ਮਿਹਨਤ ਕਰਕੇ ਖਾ ਰਹੇ ਆ ਅਸੀਂ ਕੋਈ ਮੰਗ ਨਹੀਂ ਰਹੇ ਕਿਸੇ ਤੋਂ ਤੇ ਉਹ ਜਦੋਂ ਮੇਰੇ ਫਾਦਰ ਸਾਹਿਬ ਨੂੰ ਦੱਸਦੇ ਹੁੰਦੇ ਕਿ ਉਹ 13 ਸਾਲਾਂ ਦੇ ਸੀਗੇ ਮੇਰੇ ਤਾਇਆ ਜੀ ਉਹ ਸਟੱਡੀ ਕਰਦੇ ਮੇਰੇ ਤਾਇਆ ਜੀ 1983 ਦੇ ਵਿੱਚੇ ਬੀਏ ਪਾਸ ਸੀਗੇ ਤੇ ਸੈਕਿੰਡ ਲੈਫਟੇਨੈਂਟ ਉਹ ਜਿਹੜੇ ਸਿਲੈਕਟ ਹੋਏ ਸੀਗੇ ਬਟ ਉਸ ਟਾਈਮ ਤੇ ਉਹਨਾਂ ਤੋਂ ਜਿਹੜੀ ਸਿਕਿਉਰਿਟੀ ਅਮਾਉਂਟ ਮੰਗੀ ਗਈ 25000 ਰੁਪਏ ਬਟ ਸਾਡੀ ਜਿਹੜੀ ਫੈਮਿਲੀ ਹੁਣ ਮੇਰੇ ਫਾਦਰ ਸਾਹਿਬ ਮਤਲਬ ਤੁਹਾਨੂੰ ਦੱਸਿਆ ਕਿ 13 ਸਾਲਾਂ ਦੇ ਸੀਗੇ ਮੇਰੇ ਗ੍ਰੈਂਡਫਾਦਰ ਉਹਨਾਂ ਨੂੰ ਇਨੀ ਨੌਲੇਜ ਨਹੀਂ ਸੀ ਤੇ ਉਹਨਾਂ ਨੇ ਸਮਝਿਆ ਕਿ ਇਹ ਰਿਸ਼ਵਤ ਮੰਗ ਰਹੇ ਨੇ ਵੱਡੀ ਮੰਗ ਰਹੇ ਨੇ ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਨਹੀਂ ਮੇਰੇ ਤਾਜੀ ਨੇ ਰਾ ਚੁਣਿਆ ਕਿ ਨਹੀਂ ਮੈਂ ਜੋਬ ਨਹੀਂ ਕਰਾਂਗਾ ਮੈਂ ਆਪਣਾ ਬਿਜ਼ਨਸ ਕਰਾਂਗਾ ਆਪਣਾ ਕੰਮ ਸ਼ੁਰੂ ਕਰਾਂਗਾ ਉਹਨਾਂ ਨੇ ਉਸ ਟਾਈਮ ਤੇ ਸਾਡਾ ਫਿਰੋਜ਼ਪੁਰ ਦੇ ਵਿੱਚ ਲਿਫਟ ਪੰਪ ਹਾਈਡਰੋਲਿਕ ਮੈਨੂਫੈਕਚਰਿੰਗ ਪਲੱਸ ਰਿਪੇアリング ਦਾ ਰਿਪੇアリング ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਮੋਟਰਾਂ ਦਾ ਕੰਮ ਸ਼ੁਰੂ ਕੀਤਾ ਹੱਥੀ ਮਿਹਨਤ ਕਰਨੀ ਸ਼ੁਰੂ ਕੀਤੀ ਅੱਛਾ ਇੱਕ ਨਾਮ ਬਣਾਇਆ ਸਾਨੂੰ ਅੱਛੀ ਸਿੱਖਿਆ ਪ੍ਰਦਾਨ ਕੀਤੀ ਮੈਂ ਐਮਬੀਏ ਕੀਤੀ ਮੇਰੇ ਬ੍ਰਦਰ ਨੇ ਗ੍ਰੈਜੂਏਸ਼ਨ ਕੀਤੀ ਮਰੇ ਤਾਇ ਦੇ ਬੇਟੇ ਨੇ ਵੀ ਐਮਬੀਏ ਕੀਤੀ ਅੱਛੀ ਇੱਕ ਕੁਆਲਿਫੀਕੇਸ਼ਨ ਸਾਨੂੰ ਦਵਾਈ ਉਹਨਾਂ ਨੇ ਮਿਹਨਤ ਕਰਦੇ ਹੋਏ ਤੁਸੀਂ ਤਾਂ ਤੁਸੀਂ ਕਹਿ ਰਹੇ ਹੋ ਵੀ MBA ਕੀਤੀ ਪਰ ਕਿਤੇ ਨਾ ਕਿਤੇ ਤਾਂ ਮਨ ਚ ਜ਼ਰੂਰ ਆਉਂਦਾ ਯਾਰ ਕਿੱਥੇ ਪੜ੍ਹਾਈ ਕਰ ਲਈ ਜੋ ਅੱਜ ਦਾ ਯੂਥ ਸੋਚਦਾ ਹੈ ਪਰ ਪੜ੍ਹਾਈ ਇਸ ਕੰਮ ਨੂੰ ਕੀਤੀ ਸੀ ਅਗਲਾ ਕਹਿੰਦਾ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜੋ ਯੂਥ ਹੈ ਯੂਥ ਐ ਐਕਚੁਅਲ ਦੇ ਵਿੱਚ ਨਾ ਥੋੜਾ ਭੁਲੇਖੇ ਦੇ ਵਿੱਚ ਹੀ ਹੈ ਉਹਦਾ ਕਾਰਨ ਥੋੜਾ ਇਹ ਵੀ ਹੋ ਸਕਦਾ ਹੈ ਕਿ ਆਪਾਂ ਲੋਕ ਫਿਲਮ ਇੰਡਸਟਰੀ ਨੂੰ ਫਾਲੋ ਕਰਦੇ ਆਂ ਆਪਾਂ ਲੋਕ ਸਿੰਗਰਾਂ ਨੂੰ ਫਾਲੋ ਕਰਦੇ ਆਂ ਥਾਰ ਦੇ ਵਿਚ ਆ ਰਹੇ ਆ ਫੋਰਚਨਰ ਚਾ ਰਹੇ ਆ ਜੀ ਆਡੀ ਚਾ ਰਹੇ ਆ ਜੀ ਸਾਡਾ ਜਿਹੜਾ ਯੂਥ ਹੈ ਉਹ ਬੇਸਿਕਲੀ ਉਹਨੂੰ ਫਾਲੋ ਕਰਦਾ ਇੱਕ ਟਾਈਮ ਸੀ ਅਸੀਂ ਵੀ ਕਰਦੇ ਸੀਗੇ ਤੁਹਾਡੇ ਕੋਲ ਵੀ ਸੀ ਤੁਸੀਂ ਦੱਸ ਦਿਓ ਜੇ ਮੈਂ ਨਾ ਉਹ ਹੀ ਦੱਸਣ ਲੱਗਾ ਨਾ ਇੱਕ ਟਾਈਮ ਸਾਡਾ ਵੀ ਸੀਗਾ ਫੁਕਰਪੁਰਾ ਚ ਆ ਕੇ ਨਹੀਂ ਜੀ ਮੈਂ ਤੇ ਆਡੀ ਲੈਣੀ ਹੈ ਜੀ ਆਡੀ ਲਈ ਐ ਸਵਿਫਟ ਹੀ ਫੀਟ ਲੀਨੀਆ ਗੱਡੀ ਲਈ ਸੀਗੀ ਬਟ ਕਿਹਾ ਕਿ ਜਦੋਂ ਮੇਰੇ ਪੇਰੈਂਟਸ ਨੇ ਮੇਰੇ ਫਾਦਰ ਨੇ ਇੱਕੋ ਗੱਲ ਕਹੀ ਸੀ ਪੁੱਤ ਤੂੰ ਜੋ ਮਰਜ਼ੀ ਲੈ ਲੈ ਬਟ ਵਨ ਡੇ ਯੂ ਵਿਲ ਰੈਲਾਈਜ਼ ਕਿ ਇਹ ਕਿਵੇਂ ਆਂਦੀ ਏ ਅੱਛਾ ਤੇ ਲਈ ਬਟ 2 ਮਹੀਨੇ ਚਲਾਈ ਮਹਿਸੂਸ ਹੋਇਆ ਕਿ ਨਹੀਂ ਯਾਰ ਵੀ ਇਹ ਚੀਜ਼ ਜਿਹੜੀ ਆਪਾਂ ਫੁਗਰਪੁਰਾ ਦੇ ਵਿੱਚ ਕਰ ਰਹੇ ਆ ਅਗਰ ਇਹ ਨੂੰ ਬਿਜ਼ਨਸ ਚ ਲਾਇਆ ਜਾਵੇ ਤੇ ਆਪਾਂ ਕਿੱਥੇ ਕਿੱਥੇ ਜਾ ਸਕਦੇ ਆ ਲੈਨ ਆ ਸਟਾਰਟਡ ਮਾਈ ਬਿਜ਼ਨਸ ਕੋਲ ਡਰਿੰਕ ਦੀ ਟਰੇਡਿੰਗ ਦਾ ਮੈਂ ਬਿਜ਼ਨਸ ਸ਼ੁਰੂ ਕੀਤਾ ਇੱਕ ਅੱਛਾ ਮੁਕਾਮ 2016 ਦੇ ਵਿੱਚ ਇੱਕ ਹਾਸਲ ਕੀਤਾ 4.5 ਕਰੋੜ ਦੀ ਅਸੀਂ ਟਰਨਓਵਰ ਕੀਤੀ ਫਿਰ 2016 ਚ ਮੰਦੀ ਦਾ ਦੌਰ ਆਇਆ ਨੋਟਬੰਦੀ ਹੋ ਗਈ ਨੋਟਬੰਦੀ ਨੇ ਬਿਜ਼ਨਸ ਇੰਨਾ ਇਫੈਕਟ ਕੀਤਾ ਕਿ ਕੈਸ਼ ਦਾ ਬਿਜ਼ਨਸ ਹੈਗਾ ਕੈਸ਼ ਦਾ ਲੈਣ-ਦੇਣ ਬੰਦ ਹੀ ਹੋ ਗਿਆ ਬੈਂਕਾਂ ਦਾ ਕਦੀ ਮੂੰਹ ਹੀ ਨਹੀਂ ਵੇਖਿਆ ਸੀਗਾ ਬੈਂਕਾਂ ਦੇ ਵਿੱਚ ਗਏ ਉਸ ਤੋਂ ਬਾਅਦ 2017 ਦੇ ਵਿੱਚ GST ਨੇ ਮਾਰ ਮਾਰਤੀ ਜੀ ਕਿਉਂ GST ਦੇ ਵਿੱਚ ਬੇਸਿਕਲੀ ਕੀ ਸੀਗਾ ਅਸੀਂ ਪੰਜਾਬ 'ਚ ਕੰਮ ਕਰਦੇ ਸੀ ਤੇ ਪੰਜਾਬ 'ਚ ਜਿਹੜਾ ਮਾਲ ਦਿੱਲੀੋਂ ਆਉਂਦਾ ਸੀਗਾ ਉਹਨੂੰ VAT ਲੱਗਦਾ ਸੀਗਾ GST ਤੋਂ ਪਹਿਲਾਂ ਕੋਈ ਵੀ ਕੰਪਨੀ ਹਿੰਮਤ ਨਹੀਂ ਸੀ ਕਰਦੀ ਮਾਲ ਦੇਣ ਦੀ ਸੋ ਜਦੋਂ GST ਲੱਗ ਗਈ ਲੋਕਲ ਵੀ ਲੱਗਣਾ ਬਾਹਰ ਵੀ ਲੱਗਣਾ ਕਹਿੰਦੇ ਸੱਟੋ ਰੱਜ ਕੇ ਕੰਪੀਟੀਸ਼ਨ ਇੰਨਾ ਕੋ ਹੋ ਚੁੱਕਾ ਹੈਗਾ ਕਿ ਵੀ ਕੰਮ ਕਰਨਾ ਬਹੁਤ ਮੁਸ਼ਕਲ ਲੱਗ ਰਿਹਾ ਸੀਗਾ ਅਸੀਂ ਆਪਣੀ ਲਾਈਨ ਚੇਂਜ ਕਰਨ ਦੀ ਸੋਚੀ ਅਤੇ ਆਪਣੀ ਮੈਨੂਫੈਕਚਰਿੰਗ ਦੇ ਵਿੱਚ ਆਏ ਮੈਨੂਫੈਕਚਰਿੰਗ ਦੇ ਵਿੱਚ ਆਏ ਤੇ ਜਦੋਂ ਇੱਕ 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 ਚੀਜ਼ ਹੋਰ ਸ਼ੇਅਰ ਕਰਨਾ ਚਾਹਾਂਗਾ ਕਿ ਜੀ ਬਿਲਕੁਲ ਜਦੋਂ ਆਪ ਨੂੰ ਤੁਹਾਨੂੰ ਪ੍ਰੈਕਟੀਕਲੀ ਹੱਥੀ ਤਜਰਬਾ ਨਹੀਂ ਹੁੰਦਾ ਤੇ ਉਹ ਕੰਮ ਦੇ ਵਿੱਚ ਨਾ ਪੈਰ ਹੱਥ ਪਾਉਣਾ ਹੀ ਨਹੀਂ ਚਾਹੀਦਾ ਕੱਚੇ ਪੈਰੀ ਕਦੇ ਵੀ ਕਿਸੇ ਮੈਦਾਨ 'ਚ ਨਾ ਉਹੀ ਸਾਡੇ ਨਾਲ ਹੋਇਆ ਉਹੀ ਮੇਰੇ ਨਾਲ ਹੋਇਆ ਨੌਲੇਜ ਨਹੀਂ ਸੀ ਕਿ ਮੈਨੂਫੈਕਚਰਿੰਗ ਦੀ ਕਿਸੇ ਬੰਦੇ ਦੇ ਭਰੋਸੇ ਤੇ ਗਏ ਪੈਸਾ ਲਾਤਾ ਉਹ ਬੰਦੇ ਨੇ ਮਤਲਬ ਪੈਰ ਤੇ ਜਦੋਂ ਧੋਖਾ ਦਿੱਤਾ ਉਸ ਤੋਂ ਬਾਅਦ ਅਕਲ ਆਈ ਕਿ ਨਹੀਂ ਯਾਰੇ ਗੱਲ ਤਾਂ ਬਿਲਕੁਲ ਸਹੀ ਗਈ ਗਈ ਹੁਣ ਤੱਕ ਜੋ ਦੱਸਿਆ ਤੁਹਾਨੂੰ ਨੋਟਬੰਦੀ ਨੇ ਜੀਐਸਟੀ ਨੇ ਵੀ ਕਤਨਾ ਕਦੇ ਵੱਡੀ ਮਾਰ ਮਾਰੀ ਫਿਰ ਆਪਣੇ ਕੁਝ ਚਹੇਤਿਆਂ ਨੇ ਜਾਂ ਜੋ ਨਜ਼ਦੀਕੀ ਸੀ ਉਹਨਾਂ ਨੇ ਵੱਡੀ ਮਾਰ ਮਾਰੀ ਧੋਖਾ ਦਿੱਤਾ ਆ ਜਦੋਂ ਅਜਿਹਾ ਕੁਝ ਹੋ ਜਾਂਦਾ ਨਾ ਬੰਦੇ ਦਾ ਹੌਸਲਾ ਨਹੀਂ ਪੈਂਦਾ ਕੁਝ ਕਰਨ ਦਾ ਪਰ ਫਿਰ ਵੀ ਇੱਥੇ ਤੱਕ ਪਹੁੰਚੇ ਹਾਂ ਕਿਵੇਂ ਅੱਜ ਇੱਥੇ ਆ ਕੰਮ ਕਰ ਰਹੇ ਹਾਂ ਇਹ ਵੀ ਹੌਸਲਾ ਕਿਵੇਂ ਜਟਾਇਆ ਵੀਰ ਜੀ ਇਹ ਜਿਹੜਾ ਹੌਂਸਲਾ ਜਦੋਂ ਇੰਨੀਆਂ ਮਾਰਾਂ ਵੱਜਣ ਦੇ ਬਾਅਦ ਇੱਕ ਮੇਰੀ ਵਾਈਫ ਜੀ ਇੱਕ ਮੇਰਾ ਛੋਟਾ ਭਰਾ ਤੇ ਮੇਰੇ ਫਾਦਰ ਸਾਹਿਬ ਮਤਲਬ ਇਹ ਜਿਹੜੇ ਇਹ ਜਿਹੜੇ ਤਿੰਨ ਸਤੰਭ ਮਜ਼ਬੂਤੀ ਦੇ ਇਹ ਨਾਲੇ ਮੇਰੇ ਪਿੱਛੇ ਮਤਲਬ ਸਪੋਰਟ ਰੱਖੀ ਕਿ ਨਹੀਂ ਯਾਰ ਕੀ ਹੋਇਆ ਕੁਝ ਨਹੀਂ ਹੋਇਆ 2016 ਤੋਂ ਪਹਿਲਾਂ ਵੇਖੋ ਆਪਣੇ ਆਪ ਨੂੰ ਅਸੀਂ ਜਦੋਂ ਬਿਜ਼ਨਸ ਮੈਂ ਕਰਦਾ ਸੀਗਾ ਉਸ ਤੋਂ ਪਹਿਲਾਂ ਮੈਂ ਦੇਖਿਆ ਮੈਂ ਕਿ ਗੱਲ ਤਾਂ ਠੀਕ ਹੈ ਯਾਰ ਅਸੀਂ ਤਾਂ ਪੈਦਲ ਕਾਲਜ ਜਾਂਦੇ ਸੀਗੇ ਕਾਲਜ ਜਾਣਾ ਪੈਦਲ ਜਾਂਦੇ ਸੀਗੇ ਸਕੂਲ ਜਾਣਾ ਸਰਖਸ਼ੇ ਤੇ ਜਾਂਦੇ ਸੀਗੇ ਕੋਈ ਆਪਾਂ ਕੋਈ ਜੱਦੀ ਪੁਸ਼ਟੀ ਥੋੜੀ ਹੈਗੇ ਆ ਮਿਹਨਤ ਕਰਕੇ ਕਮਾਇਆ ਤੇ ਜਿਹੜਾ ਮਿਹਨਤ ਕਰਕੇ ਕਮਾਇਆ ਹੁੰਦਾ ਨਾ ਪੈਸਾ ਵੀਰ ਜੀ ਉਹੀ ਉਹ ਸਾਥ ਨਿਭਾਉਂਦਾ ਹੈ ਜਦ ਦੀ ਪੁਸ਼ਤੀ ਕੋਈ ਵਾਦਾ ਸਾਥ ਨਹੀਂ ਦੇਵਾਂਦਾ ਸੋ ਮੇਰਾ ਇਹ ਛੋਟਾ ਭਰਾ ਮੇਰਾ ਵੀਰ ਜਸਵਿੰਦਰ ਲੋਟੇ ਇਹਨੇ ਜਦੋਂ ਮੈਂ ਇਹਨੂੰ ਗੱਲ ਕੀਤੀ ਮੈਂ ਕਹਾ ਕਾਕਾ ਆਪਾਂ ਆ ਕੰਮ ਕਰਾਂਗਾ ਪਿਆਰ ਨਾਲ ਕਾਕਾ ਕਹਿੰਨਾ ਉਹਨਾਂ ਨੂੰ ਵੈਸੇ ਇਹਦਾ ਨਾਂ ਜਸਵਿੰਦਰ ਏ ਤੇ ਮੈਂ ਉਹਨੂੰ ਕਹਾ ਕਾਕਾ ਆਪਾਂ ਐਂਦਾ ਕਰਨਾ ਕਹਿੰਦਾ ਪਾਜੀ ਤੁਸੀਂ ਜਿੱਥੇ ਕਹੋਗੇ ਮੈਂ ਖੜਾ ਤੀ ਕੋ ਖੜਾ ਹੋ ਜਾ ਖੜਾ ਬਹਿ ਜਾ ਬਹਿ ਜਾ ਤੇ ਜਦੋਂ ਮੈਂ ਕਹਾ ਨਹੀਂ ਯਾਰ ਜਦੋਂ ਮੇਰੇ ਨਾਲ ਮੇਰੇ ਪਰਿਵਾਰ ਹੈ ਤੇ ਮੈਨੂੰ ਕਿਸੇ ਦੀ ਟੈਨਸ਼ਨ ਲੈਂਦੀ ਕੀ ਲੋੜ ਹੈ ਮਿਹਨਤ ਕਰਨੀ ਹੈ ਕਰੋ ਸ਼ਰਮ ਮਾਰਦੀ ਸੀ ਥੋੜੀ ਜੀ ਸੰਗ ਮਾਰਦੀ ਸੀ ਸੰਗ ਇਸ ਕਰਕੇ ਕਿਉਂਕਿ ਗੱਡੀ 'ਚ ਬਹਿ ਕੇ ਜਾਂਦੇ ਸੀਗੇ ਖਾਣ ਕਦੀ ਖਵਾਇਆ ਨਹੀਂ ਸੀ ਲੋਕਾਂ ਨੂੰ ਬਿਜ਼ਨਸ ਵੱਡੇ ਵੇਖੇ ਏਸੀ ਕੈਬਿਨ ਦੇ ਵਿੱਚ ਬਹਿ ਕੇ ਕੰਮ ਕੀਤੇ ਸੀਗੇ ਜੌਬ ਵੀ ਕੀਤੀ ਸੀ ਤਾਂ ਵੀ ਏਸੀ ਕੈਬਿਨ 'ਚ ਬਹਿ ਕੇ ਤੇ ਜਦੋਂ ਮੈਂ ਕਹਾਂ ਨਹੀਂ ਯਾਰ ਪਹਿਲੇ ਦਿਨ ਲਗਾਇਆ ਸੀ 70 ਸੈਕਟਰ ਨਾ ਮਾਰਕੀਟ ਹੈਗੀ ਉੱਥੇ ਮੰਡੀ ਲੱਗਦੀ ਉਹਦੇ ਬਾਹਰ ਲਗਾਇਆ ਸੀ ਅਸੀਂ ਇੱਕ ਟੇਬਲ ਲਗਾਇਆ ਸੀ ਇੱਕ ਛੋਟਾ ਚੁੱਲਾ ਲਾਇਆ ਸੀਗਾ ਤੇ ਸ਼ੁਰੂ ਕੀਤਾ ਬੜੀ ਸ਼ਰਮ ਆਵੇ ਮਤਲਬ ਮੂੰਹ ਤਰ੍ਹਾਂ ਮਹੱਲ ਲਾਇਆ ਹੀ ਨਹੀਂ ਕਿ ਕੋਈ ਜਾਣ-ਪਛਾਣ ਦਾ ਵੇਖ ਕੇ ਇਹੀ ਨਾ ਕਵੇ ਤੁਸੀਂ ਇਹ ਕੀ ਕਰਨ ਲੱਗ ਪਏ ਪਰ ਜਦੋਂ ਘਰੇ ਗਏ ਘਰੇ ਜਾ ਕੇ ਵਾਈਫ ਨੇ ਬੋਲਿਆ ਕਿ ਬੱਚਾ ਦੇਣਾ ਦੁੱਧ ਤੇ ਡਾਈਪਰ ਲੈ ਕੇ ਆਉਣੇ ਆ ਤੇ ਜੇਬ ਚ ਪੈਸਾ ਕੋਈ ਨਹੀਂ ਮੈਂ ਕਿਹਾ ਯਾਰ ਸ਼ਰਮ ਤੇ ਲਾਉਣੀ ਪੈਣੀ ਹੈ ਫਿਰ ਅਸੀਂ ਉਥੋਂ ਛੱਡ ਕੇ 3B2 ਚ ਆਏ ਇੱਥੇ ਆਣ ਕੇ ਅਸੀਂ ਸ਼ੁਰੂ ਕੀਤਾ ਪਹਿਲੇ ਦਿਨ 275 ਰੁਪਏ ਦੀ ਜਦੋਂ ਸੇਲ ਹੋਈ ਤਾਂ ਮਨ ਨੂੰ ਖੁਸ਼ੀ ਹੋਈ ਨਹੀਂ ਯਾਰ ਵੀ ਕੈਨਟ ਡੂ ਇਟ ਕਿ ਚਲੋ ਇਹਨੂੰ ਵੱਡਾ ਕਰੋ ਥੋੜਾ ਜਿਹਾ ਚਲੋ ਕੁਝ ਸੇਵਿੰਗ ਸੀਗੀ ਉਹਦੇ ਨਾਲ ਅਸੀਂ ਸਮਾਨ ਸੂਣ ਖਰੀਦਿਆ ਗੱਡੀ ਮੇਰੇ ਕੋਲ ਲਾਸਟ ਜਿਹੜੀ ਫੀਅਰਡ ਲੀਨੀਆਂ ਸੀ ਉਹ ਮੈਂ 28 ਜੂਨ ਨੂੰ ਵੇਚੀ ਆ ਮੈਂ ਅੱਛਾ ਜੀ ਉਹ ਬਹੁ ਘਾਟੇ ਨਾਲ ਵੇਚੀ ਗੱਡੀ ਮੈਂ ਸਿਰਫ ਇਹ ਕਰਕੇ ਵੇਚੀ ਕਿ ਭਾਈ ਸਾਹਿਬ ਸਮਾਨ ਨਾਲ ਕੰਮ ਸ਼ੁਰੂ ਕਰ ਲੀਏ ਅਸੀਂ ਇਨਵੈਸਟਮੈਂਟ ਕੋਈ ਵੱਡੀ ਨਹੀਂ ਕਰਨਾ ਚਾਹੁੰਦੇ ਇਨਵੈਸਟਮੈਂਟ ਐਦਾ ਦੀ ਰੋਜ਼ ਲਾਓ ਤੇ ਰੋਜ਼ ਕਮਾਓ ਕੋਈ ਡਰ ਲੱਗਦਾ ਹੈ ਪਹਿਲਾਂ ਜੋ ਦੇਖ ਲਿਆ ਪਹਿਲਾਂ ਇਨਵੈਸਟਮੈਂਟ ਕਰਕੇ ਦੇਖ ਲਈ ਹੁਣ ਡਰ ਲੱਗਦਾ ਸੀ ਰੁਪਈਆ ਲਾਉਣ ਲੱਗੇ ਉਹ ਡਰ ਲੱਗਦਾ ਮੇਰ ਜੀ ਇਨਵੈਸਟਮੈਂਟ ਤਾਂ ਤੁਸੀਂ ਸਾਫ ਲਾ ਲਓ ਗਦਾਮ ਦੇ ਵਿੱਚ 25-25 ਲੱਖ ਰੁਪਏ ਦਾ ਤਾਂ ਸਟਾਕ ਐਦਾ ਹੀ ਰੱਖਦੇ ਸੀਗੇ ਕੋਲਡ ਡਰਿੰਕਸ ਰਲਟਾ ਬ੍ਰਾਂਡ ਦੇ ਜੇ ਤੁਸੀਂ ਜਾਨੂ ਹੋ ਕੋਈ ਫਿਰੋਜ਼ਪੁਰ ਤੋਂ ਬੰਦਾ ਹੋਵੇ ਤੇ ਉਹਨਾਂ ਕਿਸੇ ਨੂੰ ਪੁੱਛ ਪਹਿਲਾ ਮਤਲਬ ਇਹੀ ਡਰ ਸੀਗਾ ਕਿ ਯਾਰ ਲੋਕ ਕੀ ਕਹਿਣਗੇ ਲੋਕਿੰਗ ਪਰ ਲੋਕਾਂ ਨੇ ਕੁਝ ਕਿਹਾ ਹੀ ਨਹੀਂ ਉਹਨਾਂ ਨੇ ਤਾਂ ਸਲਾਹਾ ਉਹਨਾਂ ਨੇ ਸਾਨੂੰ ਸਲਾਹਾ ਆ ਕਿ ਯਾਰ ਗੁੱਡ ਯੂ ਆ ਡੂਇੰਗ ਗ੍ਰੇਟ ਜੌਬ ਮਿਹਨਤ ਕਰ ਰਹੇ ਹੋ ਕੋਈ ਠੱਗੀ ਠੋਰੀ ਤਾਂ ਨਹੀਂ ਕਰ ਰਹੇ ਤੇ ਬਟ ਜਿਹੜੇ ਆਪਣੇ ਹੀ ਜਿੰਨਾਂ ਤੋਂ ਮੀਰ ਸੀਗੀ ਉਹਨਾਂ ਨੇ ਸਾਨੂੰ ਧਾਇਆ ਕਲ ਵੀਦ ਮੈਨੂੰ ਉਹ ਗੱਲ ਯਾਦ ਆ ਗਈ ਮੈਂ ਉਹਨਾਂ ਗੱਲ ਸਾਂਝੀ ਕਰਨੀ ਚਾਹਣਾ ਤੁਸੀਂ ਕਿ ਮਿਹਨਤ ਕਰ ਰਹੇ ਸੀ ਇੱਕ ਬਜ਼ੁਰਗ ਮੈਨੂੰ ਮਿਲਦਾ ਆ 70 ਕ ਸਾਲ ਦੀ ਉਮਰ ਦਾ ਉਹ ਬਜ਼ੁਰਗ ਕੋਈ ਕੰਮ ਕਰਦਾ ਆ ਕੋਈ ਲੋਕਾਂ ਦਾ ਨਾ ਜਿਹੜਾ ਕੂੜਾ ਕਰਕੜ ਚ ਚੱਕਦੇ ਨੇ ਪਲਾਸਟਿਕ ਵਾਲਾ ਚੱਕੇ ਨਾ ਉਹ ਪਰਿਵਾਰ ਪਾਲ ਰਿਹਾ ਸੀ ਮੈਂ ਇੱਕ ਦਿਨ ਪੁੱਛ ਲਿਆ ਬਜ਼ੁਰਗਾਂ ਨੂੰ ਮੈਂ ਬਜ਼ੁਰਗੋ ਵੀ ਬੜਾ ਔਖਾ ਵੇੜਾ ਤੁਹਾਡੇ ਲੱਗ ਰਿਹਾ ਤੁਸੀਂ ਆਹ ਕੰਮ ਕਰਦੇ ਹੋ ਸਾਨੂੰ ਦੱਸੋ ਅਸੀਂ ਤੁਹਾਡੇ ਕੋਲ ਹੈਲਪ ਕਰਦੇ ਆ ਉਹ ਕਹਿੰਦਾ ਛੱਡ ਕਹਿੰਦਾ ਕਹਿੰਦਾ ਮੇਰੇ ਤਾਂ ਕੋਈ ਔਖਾ ਨਹੀਂ ਬਾਬੇ ਨਾਨਕ ਕਣਵੀ ਕਹਿੰਦਾ ਖਿਰਲੇ ਵਲੇ ਆਉਦੇ ਕੰਮ ਕੀਤਾ ਸੀ ਕਹਿੰਦਾ ਮੈਂ ਵੀ ਕਿਰਤ ਕਰੀ ਨਾ ਕਹਿੰਦਾ ਮੈਂ ਤਾਂ ਚਾਹੁੰਦਾ ਹੀ ਨਹੀਂ ਮੰਚੇ ਤੇ ਪਾਵਾਂ ਕਹਿੰਦਾ ਬਿਲਕੁਲ 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 ਉਹਨਾਂ ਦੇ ਦੇਖੋ ਜੀ ਇਸ ਉਮਰ ਦੇ ਵਿੱਚ ਉਹਨਾਂ ਦਾ ਇਹ ਜज्ਬਾ ਤੇ ਸਾਡੀ ਤਾਂ ਜੁਮਰ ਕੋਈ ਨਹੀਂ ਹੈਗੀ ਵੀ 35 ਸਾਲ ਦੇ ਹੈਗੇ ਆ ਯਾਰ ਜੇ ਇਸੇ ਉਮਰ ਤੇ ਹੌਸਲਾ ਟਾਲਾਂਗੇ ਤੇ ਕਿੱਥੇ ਜਾਵਾਂਗੇ ਇਸ ਕਰਕੇ ਸਿਰਫ ਦੇਖੋ ਬੰਦੇ ਕੋਲ ਦੋ ਹੀ ਰਾਹਾਂ ਹੁੰਦੀਆਂ ਨੇ ਇੱਕ ਸੋਖਾ ਰਾਹ ਤੇ ਇੱਕ ਔਖਾ ਰਾਹ ਇਹ ਰਾਹ ਔਖਾ ਹੈ ਪਰ ਇਹ ਹੈ ਕਿ ਜਿਹੜਾ ਔਖਾ ਰਾਹ ਹੁੰਦਾ ਉਹ ਚੱਲਦਾ ਲੰਬਾ ਟਾਈਮ ਹੈ ਸੋਖਰਾ ਥੋੜੇ ਟਾਈਮ ਵਾਸਤੇ ਹੀ ਹੁੰਦਾ ਵਾ ਕੋਈ ਬੰਦੇ ਕੋਲ ਦੋ ਹੀ অপਸ਼ਨਾਂ ਜਾਂ ਤੇ ਭਾਈ ਸਾਹਿਬ ਮਿਹਨਤ ਕਰ ਲਓ ਤੇ ਜਾਂ ਕੋਈ ਗਲਤ ਕੰਮ ਕਰ ਲਓ ਕੋਈ ਰੋਟੀ ਦੇ ਨਾਲ ਹੀ ਢਿੱਡ ਭਰਨਾ ਤੇ ਜਿਹੜੀ ਰੋਟੀ ਉਹ ਪੈਸਣ ਨਾਲ ਹੀ ਆਉਣੀ ਦਸਤਾਰ ਸਜਾਈ ਆ ਨਾ ਤਾਂ ਉਹ ਗਲਤ ਕੰਮ ਦਾ ਕਾਰਨ ਦਿੰਦੀ ਨਹੀਂ ਜੀ ਕਰਨਾ ਹੀ ਨਹੀਂਗਾ ਬਾਬੇ ਨਾਨਕ ਨੇ ਜਿਹੜਾ ਕਿਹਾ ਜੀ ਕਿਰਤ ਕਰੋ ਵੰਡ ਛਕੋ ਅਸੀਂ ਨਾਮ ਜਪੋ ਤੇ ਅਸੀਂ ਉਸੇ ਲਈ ਤੇ ਚੱਲ ਰਹੇ ਆ ਅਸੀਂ ਕੋਈ ਗਲਤ ਕੰਮ ਨੂੰ ਅਸੀਂ ਧਿਆਨ ਵੀ ਨਹੀਂ ਦਿੰਦੇ ਉਹ ਸਾਨੂੰ ਤੇ ਇੱਥੇ ਕੋਈ ਬੰਦਾ ਆਂਦਾ ਨਾ ਹੁਣ ਪਰਸੋ 14 ਇੱਕ ਸੱਜਣ ਆਏ ਸੀਗੇ ਸਰਦਾਰ ਜੀ ਸੀਗੇ ਉਹ ਖਾ ਕੇ ਗਏ ਉਹਨਾਂ ਨੂੰ ਬਹੁਤ ਅੱਛਾ ਲੱਗਾ ਉਹ ਸਾਨੂੰ ਕਹਿੰਦੇ 500 ਰੁਪਏ ਰੱਖ ਲਓ ਛੋਟੇ ਵੀਰ ਨੂੰ ਕਹਿੰਦੇ ਕਹਿੰਦਾ ਲਓ 500 ਰੁਪਏ ਮੇਰੇ ਲਈ ਇਨਾਮ ਅਸੀਂ ਕਿਹਾ ਵੀਰ ਜੀ ਇਨਾਮ ਤੁਸੀਂ ਇੱਕ ਕੰਮ ਕਰੋ ਕਿ ਤੁਸੀਂ ਨਾ ਇੱਥੇ ਕਿਸੇ ਨੂੰ ਸਾਡੇ ਵੱਲੋਂ ਦੇ ਦਿਓ ਮਤਲਬ ਅਸੀਂ ਉਹ ਚੀਜ਼ ਨਹੀਂ ਹੈ ਅਸੀਂ ਮਿਹਨਤ ਕਰ ਰਹੇ ਹਾਂ ਇਹ ਖਾਰੇ ਮਿਹਨਤ ਕਰਕੇ ਸਾਨੂੰ ਉਹ ਚੀਜ਼ ਲੋੜ ਨਹੀਂ ਹੈ ਗਈ ਵੀ ਹਾਂ ਵੀ ਦਿਓ ਮੇਰੀ ਪਹਿਲੀ ਵੀਡੀਓ ਪਈ ਤੇ ਉੱਥੇ ਸਾਨੂੰ ਕਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਫੋਨ ਆਏ ਵੀਰ ਜੀ ਵੀ ਅਸੀਂ ਤੁਹਾਨੂੰ ਸੈਟਅਪ ਕਰਕੇ ਦਈਏ ਅਸੀਂ ਤੁਹਾਨੂੰ ਫੂਡ ਮੈਨ ਬਣਾ ਕੇ ਦਈਏ ਉਹ ਮੈਂ ਕਹਿੰਦਾ ਵੀਰ ਜੀ ਨਹੀਂ ਐਦਾ ਦੀ ਕੋਈ ਗੱਲ ਨਹੀਂ ਮੇਰਾ ਸੁਪਨਾ ਜ਼ਰੂਰ ਹੈ ਕਿ ਅਸੀਂ ਇੱਕ ਰੈਸਟੋਰੈਂਟ ਬਣਾਉਣਾ ਚਾਹੁੰਦੇ ਆ ਉਹ ਰੈਸਟੋਰੈਂਟ ਦੇ ਵਿੱਚ ਬਣਾਵਾਂਗੇ ਪਰ ਅਸੀਂ ਆਪਣੀ ਮਿਹਨਤ ਨਾਲ ਬਣਾਵਾਂਗੇ ਅੱਜ ਤੇ ਸ਼ੁਰੂ ਕੀਤਾ ਹੌਲੀ ਹੌਲੀ ਪਹੁੰਚਾਂਗੇ ਭਰਾਗੇ ਭਾਜੀ ਦੇਖੋ ਜਿਹੜੀ ਉੱਪਰ ਤੱਕ ਚੜਨ ਵਾਸਤੇ ਨਾ ਪੌੜੀ ਪਹਿਲੀ ਚੜ੍ਹਨੀ ਪੈਂਦੀ ਔਰ ਪੌੜੀਆਂ ਰਾਹੀਂ ਚੜਨਾ ਪੈਂਦਾ ਵਾ ਲਿਫਟ ਥਾਣੀ ਵੀ ਬੰਦਾ ਜਾ ਸਕਦਾ ਪਰ ਲਿਫਟ ਕਿਤੇ ਖਰਾਬ ਹੋ ਗਈ ਕਿੰਦੂ ਭਰੋਸਾ ਕਿੰਦੂ ਭਰੋਸਾ ਉਹਦੇ ਉੱਤੇ ਭਰੋਸਾ ਰੱਖੋ ਪੌੜੀ ਦਾ ਤੇ ਭਰੋਸਾ ਨਾ ਕਿ ਭਾਵੇਂ ਚੜ੍ਹੇਗੀ ਚੜ੍ਹੇਗੀ ਪੌੜੀ ਪੌੜੀ ਚ ਚਲੋ ਠੀਕ ਆ ਜ਼ਿੰਦਗੀ ਨੇ ਕਹਿੰਦੇ ਬਹੁਤ ਕੁਝ ਸਿਖਾਇਆ ਪਰ ਇਹ ਵੀ ਜ਼ਿੰਦਗੀ ਨੇ ਸਿਖਾਇਆ ਜਾਂ ਬਾਅਦ ਚ ਕਿਸੇ ਹੋਰ ਦੀ ਹੈਲਪ ਲਈ ਆ ਸਾਰਾ ਕੁਝ ਕਰਨ ਦੀ ਇਹ ਵੀਰ ਜੀ ਅੱਦਾਂ ਕਿ ਮੈਨੂੰ ਵੈਸੇ ਸ਼ੁਰੂ ਤੋਂ ਹੀ ਕੁਕਿੰਗ ਦਾ ਸ਼ੌਂਕ ਸੀ ਜਦੋਂ ਮੈਂ ਐਮਬੀਏ ਕਰਦਾ ਹੁੰਦਾ ਸੀ ਮੈਂ ਕੱਲਾ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਜੌਬ ਕੀਤੀ ਮੈਂ 2008 ਤੋਂ ਲੈ ਕੇ 2015 ਤੱਕ ਜੌਬ ਕੀਤੀ ਉਦੋਂ ਵੀ ਮੈਂ ਕੱਲਾ ਹੀ ਰਹਿੰਦਾ ਸੀਗਾ ਤੇ ਜਦੋਂ ਕੱਲੇ ਰਹਿਣਾ ਹੈ ਨਾ ਤੇ ਐਵੇਂ ਸ਼ੁਰੂ ਸ਼ੁਰੂਆਤ ਹੋਈ ਮੈਗੀ ਤੋਂ ਅੱਛਾ ਕੀ ਮੈਗੀ ਬਣਾਈ ਆਂ ਦਾ ਸਾਥ ਮੈਗੀ ਆ ਉਹ ਯਾਰ ਕੱਲਿਆਂ ਦਾ ਸਾਥ ਮੈਗੀ ਸ਼ੁਰੂਆਤ ਹੋਈ ਮੈਗੀ ਬਣਾਈ ਮੈਗੀ ਚ ਆਪਣੇ ਫਲੇਵਰ ਦਿੱਤੇ ਤੜਕਾ ਲਾ ਗਿਆ ਕਦੀ ਕੁਝ ਪਾਲਿਆ ਕਦੀ ਕੁਝ ਪਾਲਿਆ ਮਤਲਬ ਫਲੇਵਰ ਦੇਨੇ ਸ਼ੁਰੂ ਕੀਤੇ ਫਿਰ ਉਸ ਤੋਂ ਬਾਅਦ ਮੈਗੀ ਤੋਂ ਬਾਅਦ ਸਾਥ ਨੇ ਬੰਦਾ ਜੀ ਬਰੈਡ ਤੇ ਆਮਲੇਟ ਹਾਂਜੀ ਆਂਡਾ ਤੇ ਬਰੈਡ ਸਾਥ ਨੇ ਬੰਦਾ ਬੰਦੇ ਦਾ ਜਦੋਂ ਜਿਆਦਾ ਹੀ ਭੁੱਖ ਲੱਗੀ ਹੋਵੇ ਤੇ ਛੇਤੀ ਛੇਤੀ ਖਾਣਾ ਹੋਵੇ ਉਹ ਸ਼ੁਰੂ ਕੀਤਾ ਤੇ ਥੋੜੇ ਬਹੁਤੀ ਕੁਕਿੰਗ ਦੀ ਨੋਲੇਜ ਹੈਗੀ ਵੀ ਹਾਂ ਵੀ ਤੜਕਾ ਕਿਵੇਂ ਲਾਉਣਾ ਵਾ ਪਿਆਜ਼ ਟਮਾਟਰ ਕਿਦਾਂ ਚੀਰਨੇ ਆ ਉਹ ਨੋਲੇਜ ਦੇ ਚਲਦੇ ਅੱਜ ਜਦੋਂ ਮੈਂ ਗੱਲ ਕਰ ਰਿਹਾ ਕਿ ਮਹੀਨਾ ਕੋ ਪਹਿਲਾਂ ਇੱਥੇ ਅਸੀਂ ਰਹਿ ਰਹੇ ਸੀਗੇ ਮੇਰੀ ਬੇਟੀ ਹੈ 2.5 ਸਾਲ ਦੀ ਤੇ ਉਹ ਇੱਕ ਦਿਨ ਬੈਠੀ ਮੈਨੂੰ ਪਾਪਾ ਮੈਂ ਆਮਲੇਟ ਖਾਣਾ ਵਾ ਪਾਪਾ ਆਮਲੇਟ ਖਾਣਾ ਵਾ ਤੇ ਮੈਂ ਕਿਹਾ ਚਲ ਬੇਟਾ ਮੈਂ ਮੰਮਾ ਉਹਦੇ ਕੰਮ ਕਰ ਰਹੀ ਮੈਂ ਕਿਹਾ ਚਲ ਬੇਟਾ ਮੈਂ ਬਣਾ ਕੇ ਦੇਣਾ ਤੈਨੂੰ ਆ ਜਾ ਕਿਚਨ ਚ ਆ ਜਾ ਕਿਚਨ ਚ ਗਏ ਉੱਥੇ ਆਲੂ ਪਏ ਸੀਗੇ ਬੋਇਲਡ ਤੇ ਮੈਂ ਪਹਿਲਾਂ ਸੋਚਿਆ ਕਿ ਉਹਨੂੰ ਨਾਲ ਸੈਂਡਵਿਚ ਬਣਾਉਂਦਾ ਆਲੂ ਲਗਾ ਕੇ ਫਿਰ ਐਗ ਪਏ ਸੀ ਮੈਂ ਤੋੜ ਕੇ ਉਹਦੇ ਚ ਡਿਪ ਕਰਕੇ ਮੈਂ ਬਣਾਇਆ ਤੇ ਟੇਸਟ ਕੀਤਾ ਬਹੁਤ ਅੱਛਾ ਟੇਸਟ ਲੱਗਾ ਟੇਸਟ ਅੱਛਾ ਲੱਗਾ ਮੈਂ ਵਾਈਫ ਨਾਲ ਡਿਸਕਸ ਕੀਤਾ ਉਹ ਤੇ ਖਾਂਦੇ ਨਹੀਂ ਮੈਂ ਲ ਵਾਈਫ ਨਾਲ ਡਿਸਕਸ ਕੀਤਾ ਮੈਂ ਕਿ ਯਾਰ ਆ ਵਧੀਆ ਇੱਕ ਆਈਟਮ ਅੱਛੀ ਬਣੀ ਐ ਬ੍ਰਦਰ ਨਾਲ ਕੀਤਾ ਇਹ ਵੀ ਖਾਂਦਾ ਨਹੀਂ ਐ ਫਿਰ ਅਸੀਂ ਸਾਡੀ ਸੋਸਾਇਟੀ ਦੇ ਵਿੱਚ ਹੀ ਇੱਕ ਮਤਲਬ ਕਿ ਸਾਡੇ ਦੋਸਤ ਹੀ ਐ ਮੈਂ ਉਹਨੂੰ ਟੇਸਟ ਕਰਾਇਆ ਉਹਨੂੰ ਅੱਛਾ ਲੱਗਾ ਉਹ ਕਹਿੰਦਾ ਪਾਜੀ ਮੈਂ ਸਵੇਰੇ ਬ੍ਰੇਕਫਾਸਟ ਮੈਨੂੰ ਤੁਸੀਂ ਇਹ ਹੀ ਦੇ ਰਿਆ ਕਰੋਗੇ ਮੈਂ ਕਹਿੰਦਾ ਦੇ ਰਿਆ ਕਰਾਂਗੇ ਫਿਰ ਉਹ ਕਹਿੰਦਾ ਐ ਵੀ ਆਲੂ ਨਹੀਂ ਯਾਰ ਕੁਝ ਹੋਰ ਦਿਓ ਫਿਰ ਅਸੀਂ ਸੋਇਆ ਚਾਂਪ ਵਿੱਚ ਪਾਤੀ ਉਹ ਵੀ ਅੱਛਾ ਟੇਸਟ ਆ ਗਿਆ ਫਿਰ ਉਹ ਤੋਂ ਬਾਅਦ ਅਸੀਂ ਪਨੀਰ ਪਾਇਆ ਅੱਛਾ ਟੇਸਟ ਆਇਆ ਫੇ ਮੈਂ ਕਿਹਾ ਬ੍ਰਦਰ ਨੂੰ ਮੈਂ ਕਿਹਾ ਯਾਰ ਆਪਾਂ ਕਿਉਂ ਨਾ ਆਪਾਂ ਸਟਾਲ ਲਾਈਏ ਸਟਾਲ ਲਾਈਏ ਵੀ ਆਪਾਂ ਕੋਈ ਕੰਮ ਕਰੀਏ ਤੇ ਕਿਉਂ ਨਾ ਆਪਾਂ ਇਹ ਹੀ ਕਰ ਲਈਏ ਨਾਲੇ ਸ਼ਾਮ ਦਾ ਕੰਮ ਹੈਗਾ ਸ਼ਾਮ ਨੂੰ ਅੱਛਾ ਲੋਕੀ 스ਨੈਕਸ ਟਾਈਪ ਕੁਝ ਮੰਗਦੇ ਵੀ ਆ ਫਿਰ ਅਸੀਂ ਜਦੋਂ ਘਰੇ ਤਿੰਨ ਚਾਰ ਵਾਰੀ ਆਈਟਮ ਟਰਾਈ ਕੀਤੀ ਥੋੜੋ ਥੋੜੇ ਤੁਹਾਨੂੰ ਪਤਾ ਕਿ ਜਿੱਦਾਂ ਬੰਦਾ ਕਰਦਾ ਰਹਿੰਦਾ ਐਕਸਪੀਰੀਅੰਸ ਆਂਦੇ ਰਹਿੰਦੇ ਆ ਥੋੜਾ ਹੁਨਰ ਜਿਹੜਾ ਉਹ ਨਿੱਖਰਦਾ ਰਹਿੰਦਾ ਵਾ ਸੋ ਨਿਕਰ ਕੇ ਅੱਛੀ ਤਰ੍ਹਾਂ ਜਦੋਂ ਅਸੀਂ ਐਕਸਪਰਟ ਹੋ ਗਏ ਅਸੀਂ ਇੱਥੇ ਆ ਕੇ ਸ਼ੁਰੂ ਕੀਤਾ ਲੋਕਾਂ ਨੂੰ ਖਵਾਇਆ ਜਿੰਨੇ ਵੀ ਲੋਕਾਂ ਨੇ ਖਾਧਾ ਉਹਨਾਂ ਦੇ ਇਹੀ ਰਿਸਪੌਂਸ ਆਉਂਦਾ ਹੈ ਕਿ ਵੈਰੀ ਗੁੱਡ ਵੈਰੀ ਗੁੱਡ ਅਲਟੀਮੇਟ ਟੇਸਟ ਲੋਕੀ ਅਸੀਂ ਅਸੀਂ ਜਿੱਦਾਂ ਸੋਇਆ ਚਾਂਪ ਸਟੱਫ ਖਵਾਇਆ ਤੇ ਉਹ ਕਹਿੰਦੇ ਕਿ ਭਾਈ ਸਾਹਿਬ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਬ੍ਰੈਡ ਆਮਲੇਟ ਖਾ ਰਹੇ ਹਾਂ ਤੇ ਅੰਡੇ ਦਾ ਟੇਸਟ ਹੀ ਨਹੀਂ ਆ ਰਿਹਾ ਟੇਸਟ ਹੀ ਨਹੀਂ ਆ ਰਿਹਾ ਟੇਸਟ ਹੀ ਅਲੱਗ ਆ ਅੱਛੀ ਚੀਜ਼ ਹੈ ਸੋ ਫਿਰ ਡਿਮਾਂਡ ਆਈ ਵੀ ਚਿਕਨ ਵਗੈਰਾ ਵੀ ਸ਼ੁਰੂ ਕਰੋ ਫਿਰ ਅਸੀਂ ਨਾਲ ਚਿਕਨ ਪਾਪ ਕੌਰਨ ਚਿਕਨ ਲollipops اور ਚਿਕਨ ਪਕੌੜਾ ਅੱਗ ਪਕੌੜਾ ਉਹ ਨਾਲ ਸ਼ੁਰੂ ਕੀਤਾ ਉਹ ਹਜੇ 2 ਕੁ ਦਿਨ ਹੋਏ ਸ਼ੁਰੂ ਕੀਤੇ ਨੇ ਸੋ ਸਾਡੀ ਅਰਦਾਸ ਇਹੀ ਹੈ ਕਿ ਜੀ ਜੋ ਤੁਸੀਂ ਕੰਮ ਕਰ ਰਹੇ ਹੋ ਮਿਹਨਤ ਨਾਲ ਕਰ ਰਹੇ ਹੋ ਤੇ ਇਹਨੇ ਚ ਕਾਮਯਾਬ ਹੋ ਕਿਉਂਕਿ ਇਸ ਵਕਤ ਜੇਕਰ ਮਿਹਨਤ ਕਰਾਂਗੇ ਤਾਂ ਸਾਡੀ ਇਸ ਮਿਹਨਤ ਦੇ ਜ਼ਰੀਏ ਅਸੀਂ ਇੱਕ ਮੁਕਾਮ ਉਹ ਜ਼ਰੂਰ ਹਾਸਲ ਕਰਾਂਗੇ ਜੋ ਸਾਡੇ ਦਿਲ ਦੇ ਵਿੱਚ ਹੈ ਬੇਸ਼ੱਕ ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਜਿਹੜੇ ਕਿ ਆਉਂਦੇ ਰਹਿੰਦੇ ਨੇ ਲੇਕਿਨ ਜੇਕਰ ਅਸੀਂ ਹੌਸਲਾ ਨਹੀਂ ਹਾਰਾਂਗੇ ਤਾਂ ਇਹ ਨਾ ਉਤਾਰਾਂ ਚੜਾਵਾਂ ਦਾ ਕੋਈ ਵजूद ਨਹੀਂ ਰਹਿ ਜਾਂਦਾ ਪਰ ਇਹ ਗੱਲ ਜ਼ਰੂਰੀ ਹੈ ਕਿ ਸਾਨੂੰ ਸਾਡਾ ਵजूद ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਸੀ ਯਾ ਸਿਆਣੇ ਜੋ ਹਮੇਸ਼ਾ ਕਹਿੰਦੇ ਨੇ ਗੱਲ ਕਿ ਹਮੇਸ਼ਾ ਨੀਵੇਂ ਨੂੰ ਦੇਖ ਕੇ ਜਿਉਣਾ ਚਾਹੀਦਾ ਸੋ ਵਾਕਈ ਸਾਨੂੰ ਉਹ ਚੀਜ਼ਾਂ ਜ਼ਰੂਰ ਯਾਦ ਰੱਖਣੇ ਚਾਹੀਦੇ ਆ ਕਿ ਜ਼ੀਰੋ ਕਿੱਥੋਂ ਆ ਗਰਾਊਂਡ ਕਿੱਥੇ ਆ ਜ਼ਮੀਨ ਕਿੱਥੇ ਆ ਤੇ ਕਿੱਥੋਂ ਅਸੀਂ ਸ਼ੁਰੂਆਤ ਕੀਤੀ ਆ ਸੋ ਇਹਨਾਂ ਦੇ ਬ੍ਰਦਰ ਜਸਵਿੰਦਰ ਨਾਲ ਦੀ ਗੱਲ ਕਰਦੇ ਆ ਉਹਨਾਂ ਦਾ ਕੀ ਕਹਿਣਾ ਆ ਕਿ ਜਦੋਂ ਵੱਡੇ ਭਰਾ ਨੇ ਅਜਿਹੇ ਹੁਕਮ ਕੀਤੇ ਵੱਡੇ ਭਰਾ ਨੇ ਇਹ ਗੱਲ ਕਹੀ ਕਿ ਆਪਾਂ ਕਾਕੇ ਆਪਾਂ ਇਹ ਕੰਮ ਕਰਨਾ ਹੈ ਤਾਂ ਕਾਕੇ ਦਾ ਕੀ ਜਵਾਬ ਸੀ ਜਾਂ ਕਾਕਾ ਇਸ ਕੰਮ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਆ ਉਹਨਾਂ ਤੋਂ ਜਾਣਦੇ ਆ ਨਾਲ ਜਸਵਿੰਦਰ ਸਿੰਘ ਉਰਫ ਕਾਕਾ ਜੀ ਨੇ ਉਹਨਾਂ ਤੋਂ ਜਾਣਦੇ ਆ ਕਿ ਜਦੋਂ ਕਾਕਾ ਜੀ ਨੂੰ ਇਹ ਹੁਕਮ ਹੋਇਆ ਕਿ ਵੱਡੇ ਭਰਾ ਨੇ ਕਹਿਤਾ ਵੀ ਕਾਕਾ ਇਹ ਕੰਮ ਕਰਨਾ ਫਿਰ ਕਾਕੇ ਦੇ ਮਨ 'ਚ ਇਹ ਨਹੀਂ ਆਇਆ ਛੋਟੇ ਯਾਰ ਰੇੜੀ ਲਾਵਾਂਗੇ ਹੁਣ ਨਹੀਂ ਭਾਜੀ ਨਹੀਂ ਆਪਣੇ ਮਨ 'ਚ ਇਹ ਕੁਛ ਜਣੀ ਆ ਕਿ ਆ ਰੇੜੀ ਲਗਾਵਾਂਗੇ ਜਾਂ ਸਟਾਲ ਲਗਾਵਾਂਗੇ ਕਿਉਂਕਿ ਜਦਾਂ ਜਦ ਮਤਲਬ ਕੁਛ ਵੀ ਲੈਣਾ ਹੈ ਡੈਡੀ ਤਾਂ ਚਲੋ ਆਪ ਕੁਛ ਮਨਾ ਕਰ ਦੇਣੀ ਲੈਣ ਤੋਂ ਮੈਂ ਸੰਗਦਾ ਵੀ ਥੋੜਾ ਡੈਡੀ ਤੋਂ ਕਿ ਨਹੀਂ ਆ ਡੈਡੀ ਕੇ ਪੈਸੇ ਉਧਾਰ ਕੇ ਵੀਰੇ ਤਾਂ ਪਾਇਤਾ ਨੇ ਕੁਛ ਕਿਹਾ ਮਤਲਬ ਮੰਗਿਆ ਉਹ ਹੁੰਦੇ ਨੇ ਮੰਨਾਂ ਨਹੀਂ ਕੀਤਾ ਵੀਰੇ ਨੇ ਅਜੇ ਤੱਕ ਵੀ ਜੋ ਵੀ ਚਲਿੱਤੀ ਵੀਰੇ ਨੇ ਮੋਰਸ ਕਾਲਜ ਜਾਣਾ ਸੀਗਾ ਬਾਈਕ ਵੀਰੇ ਨੇ ਲੈ ਕੇ ਦਿੱਤੀ ਸਾਈਕਲ ਮੈਗਾ ਖੜੇ ਟਾਈਮ ਸਾਈਕਲ ਲੈਣਾ ਸਾਈਕਲ ਲੈ ਕੇ ਦਿੱਤਾ ਕਾਰ ਤੇ ਮੈਂ ਜਾਂਦਾ ਸੀਗਾ ਆਰਾਮ ਨਾਲ ਜੋ ਉਥੇ ਫਰੈਪਰ ਕੰਮ ਵਰਗਿਆ ਸੀਗਾ ਜਿੱਥੇ ਜਾਣਾ ਕਾਰ ਤੇ ਜਾਣਾ ਵੀਰੇ ਨੇ ਅਜੇ ਤੱਕ ਇਹ ਨਹੀਂ ਕਿਹਾ ਯਾ ਹਜੇ ਨਾ ਜਾ ਐਦਾਂ ਨਾ ਜਾ ਮੈਂ ਜਾਣਾ ਉੱਧਰ ਜਾਣਾ ਭਾਵੇਂ ਇਹਨਾਂ ਨੂੰ ਕਿਤੇ ਜ਼ਰੂਰੀ ਕੰਮ ਕਿਉਂ ਨਾ ਹੋਵੇ ਇਹ ਤਾਂ ਵੀ ਨਹੀਂ ਮੰਨਾਂ ਨਹੀਂ ਕਰਦੇ ਸੀਗੇ ਉਮਰ ਕਿੰਨੀ ਹੈ ਤੁਹਾਡੀ ਮੇਰੀ 24 ਸਾਲ ਜੀ 24 ਸਾਲ ਉਮਰ ਹੈ ਪਰ ਇੰਨੀ ਹਸਿਆਣੀਆਂ ਗੱਲਾਂ ਕੋਈ ਕਹੇ ਤਾਂ ਨੌਜਵਾਨ ਹੋ ਤੇ ਐਸ ਉਮਰ ਦੇ ਵਿੱਚ ਨਾ ਯਾਰ ਦੋ ਸਟਿੱਚਰਾਂ ਬਹੁਤ ਕਰਦੇ ਨੇ ਅੱਛਾ ਤੂੰ ਉਹੀ ਹੈ ਨਾ ਰੇੜੀ ਤੇ ਖੜਦਾ ਜਾਂ ਲੈ ਤੇਰਾ ਭਰਾ ਹੁਣ ਆ ਕੰਮ ਕਰਦਾ ਤੇ ਉਹ ਉਹ ਸਟੇਟਸ ਮੇਨਟੇਨੈਂਸ ਕਰਨਾ ਜਾਂ ਇੱਕ ਲੈਵਲ ਹੁੰਦਾ ਸੀ ਇੱਕ ਗੱਲ ਜਿਹੜੀ ਹੁੰਦੀ ਆ ਕਿ ਜਿਹੜੀ ਹਾਈ ਕਲਾਸ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਸੋ ਕਾਲਡ ਹਾਈ ਕਲਾਸ ਉਹਨੂੰ ਲੈ ਕੇ ਵੀ ਬੜੀਆਂ ਟਿੱਚਰਾਂ ਆਉਂਦੀਆਂ ਬੜੇ ਤਾਨੇ ਮੇਨੇ ਵਜਦੇ ਆ ਅਜਿਹੇ ਚੀਜ਼ ਬਾਰੇ ਕੋਈ ਖਿਆਲ ਆਉਂਦਾ ਜਾਂ ਕੋਈ ਗੱਲ ਹੋਈ ਨਹੀਂ ਸਰ ਯਾਰ ਬਿੱਲੀ ਪਹਿਲਾ ਸਕੂਲ ਟਾਈਮ ਤਾਂ ਬਹੁਤ ਸੀਗੇ ਮਤਲਬ 15-20 ਆਣੇ ਹੈਗੇ ਸੀਗੇ ਉਸ ਤੋਂ ਬਾਅਦ ਕਾਲਜ ਟਾਈਮ 'ਚ ਸਿਰਫ 4-5 ਤੇ ਜਿਹੜੇ ਹੁਣ ਮੇਰੇ ਮਤਲਬ ਰੀਅਲ ਦੋਸਤ ਨੇ ਸਿਰਫ ਦੋ ਹੀ ਐ ਇੱਕ ਨikhil अरोड़ा ਤੇ ਇੱਕ rahul अरोड़ा ਪੂਰਾ ਮੈਂ ਕਹਿੰਨਾ ਇਹ ਨਹੀਂ ਉਹਨਾਂ ਨੇ ਅੱਜ ਤੱਕ ਇਹ ਨਹੀਂ ਕਿਹਾ ਯਾਰ ਤੂੰ ਆ ਕੀ ਕਰਦਾ ਪਿਆ ਆਪਾਂ ਜੋ ਕਹਿਰੀ ਉਹ ਮੰਨਦੇ ਨੇ ਇਨਰਸਪੈਕਟ ਆਪਣੀ ਉਹ ਕਰਦੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵਰਗੇ ਨੌਜਵਾਨ ਹੋਰ ਵੀ ਨੇ ਜੋ ਰਾਹ ਤੋਂ ਭਟਕ ਚੁੱਕੇ ਨੇ ਤੇ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਕਿਸੇ ਹੋਰ ਚੀਜ਼ ਨੂੰ ਟੌਰ ਮੰਨਦੇ ਨੇ ਜਦ ਕਿ ਅਸਲ ਤੌਰ ਤੇ ਇਹ ਆਪਦੇ ਹੱਥੀਂ ਕਿਰਤ ਕਰਨਾ ਕੀ ਸੁਨੇਹ ਬਿਲਕੁਲ ਸਹੀ ਗੱਲ ਹੈ ਜਿੰਨਾ ਇੱਕ ਆਪ ਕਮਾਵਾਂਗੇ ਨਹੀਂ ਉਹਨਾਂ ਕਿ ਮਤਲਬ ਪਰਾ ਚੱਲੇਗਾ ਆਪਾਂ ਕਹਿ ਦਿੰਦੇ ਨੇ ਮੈਂ ਤੁਹਾਨੂੰ ਕਹਾਂਗਾ ਵੀਰੇ 500 ਰੁਪਿਆ ਦੇਰੋ ਉਹ ਤੁਹਾਨੂੰ ਪਤਾ ਨਾ ਤੁਸੀਂ ਕਿਵੇਂ ਕਮਾਇਆ ਮੈਂ ਸਿੰਪਲ ਇਹੀ ਕਹਿਣਾ ਵੀਰੇ 500 ਰੁਪਿਆ ਦੋ ਮੈਨੂੰ ਤਾਂ 500 ਦਾ ਮਤਲਬ ਹੈ ਮੈਨੂੰ ਇਹ ਨਹੀਂ ਮਤਲਬ ਤੁਸੀਂ ਕਿੱਦਾਂ ਕਮਾਇਆ ਕਿੱਦਾਂ ਜਾ ਕੇ ਗਏ ਆਏ ਇਹ ਕੋਈ ਮੈਨੂੰ ਪਰਵਾਹ ਨਹੀਂ ਹੈ ਮੈਨੂੰ ਸਿਰਫ 500 ਰੁਪਿਆ ਚਾਹੀਦਾ ਜਦੋਂ ਮੈਂ ਕਮਾਇਆ ਹੋਵੇਗਾ ਮੈਨੂੰ ਪਤਾ ਚੱਲੇਗਾ ਕਿ ਹਾਂ ਵੀ 500 ਹੈ ਮੈਂ ਐਦਾਂ ਹੀ ਤੁਹਾਨੂੰ ਗੱਲ ਸੁਣਾਉਣਾ ਮੈਂ ਦੋ ਤਿੰਨ ਮਹੀਨੇ ਹੁੰਦੇ ਜਿਹੜੇ ਮੈਂ ਐਵੇਂ ਨਾ ਮਤਲਬ ਐਕਸਪੀਰੀਅੰਸ ਲੈਣ ਵਾਸਤੇ ਮੈਡੀਕਲ ਕੋਲ ਲੱਗ ਗਿਆ ਇੱਕ ਬੰਦੇ ਕੋਲ ਉਹਨੇ ਮਹੀਨਾ ਪੂਰਾ ਮੈਂ ਕਹਿੰਨਾ ਮੈਂ ਘਰੇ ਆਂਦਾ ਹੀ ਆ ਆ ਕੇ ਥੱਕ ਜਾਂਦਾ ਹੀਗਾ ਆ ਕੇ ਕਈ ਵਾਰ ਰੋਟੀ ਵੀ ਨਹੀਂ ਖਾਣੀ ਥੱਕੇ ਨਾ ਹੋਣਾ ਕੰਮ ਕਰਕੇ ਜਦੋਂ ਮਹੀਨਾ ਖਤਮ ਮੈਂ ਮੈਂ ਬੜਾ ਖੁਸ਼ ਆ ਮੈਨੂੰ ਤਨਖਾਹ ਮਿਲਣੀ ਆ ਤਨਖਾਹ ਮਿਲਣੀ ਆ ਮਤਲਬ ਤਨਖਾਹ ਨੇ 2000 ਰੁਪਏ ਦਿੱਤਾ ਉਹਨੇ ਅੱਛਾ ਮੈਂ ਬੜਾਰਾ ਮੈਂ ਕਿਹਾ ਭਾਈ 2000 ਰੁਪਏ ਕਹਿੰਦੇ ਉਹ ਤੈਨੂੰ ਕਿੰਨਾ ਦੇ ਰਿਹਾ ਇਹ ਤੂੰ ਐਕਸਪੀਰੀਅੰਸ ਲੈ ਰਿਆ ਵਾ ਉਸ ਤੋਂ ਪਹਿਲਾਂ ਮੈਂ ਬਹੁਤ ਖਰਚ ਕਰਦਾ ਹੀਗਾ ਬ ਜਿਹੜੀ ਕੱਪੜੇ ਮੇਰੇ ਹਰ ਮਹੀਨੇ ਬਾਅਦ 10 ਤੋਂ 12 ਸੂਟ ਮੇਰੇ ਆਂਦੇ ਆਂਦੇ ਹੀ ਗਏ। ਲੱਗਿਆ ਪੈਸੇ ਦੀ ਵੈਲਿਊ ਕੀ ਆ। ਉਸ ਤੋਂ ਬਾਅਦ ਉਹ 2000 ਰੁਪਿਆ ਜਦੋਂ ਮੈਨੂੰ ਮਿਲਿਆ ਨਾ ਮੈਂ ਪੂਰਾ ਮਹੀਨਾ ਮਿਹਨਤ ਕਰਕੇ 2000 ਰੁਪਿਆ ਉਸ ਵੇਲੇ ਥੋੜਾ ਥੋੜਾ ਘਟ ਗਿਆ। ਉਸ ਵੇਲੇ ਫਿਰ ਆਪਾਂ ਜਦੋਂ ਵੀਰੇ ਵੀਰੇ ਨੇ ਅੱਜ ਤੱਕ ਨਾ ਨਹੀਂ ਕੀਤੀ ਮੈਨੂੰ ਕਿ ਕਿਸੇ ਚੀਜ਼ ਤੋਂ। ਹੁਣ ਵੀ ਨਹੀਂ ਨਾ ਕਰਦੇ ਜੇਬ 'ਚ ਭਾਵੇਂ ਕੁਝ ਵੀ ਨਾ ਹੋਂ ਤਾਂ ਵੀ ਕਹਾਂਗੇ ਤਾਂ ਕੋਈ ਨਹੀਂ ਤੂੰ ਆ ਲੱਲਾ ਮਾਪੇ ਕਰ ਲਾਂਗੇ ਉਹਦੇ ਨਾਲ। ਮਤਲਬ ਇਹਨਾਂ ਨੇ ਹੀ ਨਹੀਂ ਕਿਹਾ ਕਿ ਨਹੀਂ ਯਾਰ ਇਹ ਖਰਚਾ ਆਪਣੇ ਕੋਲ ਪੈਸਾ ਕੋਈ ਨਹੀਂ ਐਦਾਂ ਉਦਾਂ। ਹੌਸਲਾ ਜੀ ਨੋ ਕਾ ਤੋ ਮਨ ਪਿੱਛੇ ਹਟੀਏ ਬਿਲਕੁਲ ਸੋ ਹੌਸਲਾ ਕਦੀ ਨਾ ਹਾਰਿਓ ਪਿੱਛੇ ਨਹੀਂ ਹਟਣਾ ਤੇ ਇਹ ਹੌਸਲਾ ਇਦਾਂ ਹੀ ਬਣਾ ਕੇ ਰੱਖਿਓ ਇੱਕ ਦਿਨ ਕਾਮਯਾਬ ਜ਼ਰੂਰ ਹੋਵੋਗੇ ਸੋ ਦੋਸਤੋ ਇਹ ਜਹਿਆਂ ਰੂਹਾਂ ਹਜੇ ਵੀ ਨੇ ਜਹਿਆਂ ਸ਼ਕਤੀਆਂ ਹਜੇ ਵੀ ਨੇ ਜੋ ਸਾਨੂੰ ਹੌਸਲਾ ਦਿੰਦੀਆਂ ਰਹਿੰਦੀਆਂ ਨੇ ਇਹ ਵੀਡੀਓਜ਼ ਜਾਂ ਇਹਨਾਂ ਲੋਕਾਂ ਦੀ ਕਹਾਣੀ ਤੌਰ ਤੱਕ ਪਹੁੰਚਾਉਂਦਾ ਮਕਸਦ ਸਿਰਫ ਇੰਨਾ ਹੀ ਆ ਕਿ ਤੁਸੀਂ ਵੀ ਇਹਨਾਂ ਤੋਂ ਕੁਝ ਸਿੱਖੇ ਜੋ ਨਿਰਾਸ਼ ਨੇ ਉਹ ਜ਼ਿੰਦਗੀ ਵਿੱਚ ਕੁਝ ਬਣ ਸਕਣ